डॉक्टर नू कोई ना कराना चेक। सत श्रीकाल भाई जी, सत श्रीकाल जी, सत श्रीकाल। हां जी सत श्रीकाल। महाराज इन्ने किन्ने के बंदे चूड़ चक्के तुसी मेंटली अपसेट रहा। देखो ये बड़ी दुखान दी गल है, मैं पिछली बार कैंप च भी बोलिया सी, चूड़ चक पिंड तो पहले किन्ने मरीज हो गए टोटल? टोटल 18 हो गए। 18 पेशेंट ने जां तां दिमागी दौरे पैंदे ने, जां मंद बुद्धि ने जन्म तों बच्चे, ते जां फिर इदां दे नौजवान ने जिहड़े चंगे भले वधिया सीगे, पहलां ही काम कर करदा सी सारे। हां जी करदा सी जी, वधिया सी, फुल करदा सीगा। ते शुरू तों छोटा हुंदा ही सिद्धा वा? नहीं नहीं, शुरू हुंदे ते नहीं, 2-3 साल दी गल ही होंदी। भंग भुंग पींदा सी? हां बस नहीं पींदा नहीं सी। यानी कि चलो अभी है नहीं गैदा। देखो इक भंग, इक जन्म तों पाहजता, इक जिहड़ी सब तों वड्डी साडे समाज दे विच प्रॉब्लम आ रही है इस टाइम, ओह साडे बजुर्गां नूं डिमेंशिया हो रहा, दिमाग मेंटली अपसैट हो जांदा जदों 50-55 तों उपर जांदी उमर, इन्ने वीक हो गए ने दिमाग दे सैल। इसी तरह ही बच्चे जन्म समय रोंदे नहीं, जां जे रोंदे आ तां थोड़े टाइम बाद जे कोई उहनां नूं बुखार चढ़दा, इस तरह दा बुखार चढ़दा, ते उहनां दे दिमाग दे सैल टुट जांदे आ, इन्नी टैंपरेचर ते चले जांदी आ ब्रेन दीआं नसां, ਤਾਂ ਉਹ ਮੰਦ ਬੁੱਧੀ ਹੋ ਜਾਂਦੇ ਜਨਮ ਤੋਂ ਹੀ। ਤੇ ਇਹ ਕਿਉਂ ਹੋ ਰਿਹਾ? ਕਿਉਂਕਿ ਸਾਡੇ ਖਾਣੇ ਪੀਣੇ, ਸਾਡੀਆਂ ਖੁਰਾਕਾਂ, ਅਸੀਂ ਬਹੁਤ ਕੁਛ ਇਹੋ ਜਿਹਾ ਖਾਂਦੇ ਆ ਜਿਹਨੂੰ ਜ਼ਹਿਰ ਕਹਿੰਦੇ ਆ, ਤੇ ਫਿਰ ਉਹ ਬੱਚਿਆਂ ਤੇ ਅਸਰ ਪੈਂਦਾ। ਇਹ ਚੂੜ ਚੱਕ ਤੋਂ ਹੀ ਇਹ ਵੀ ਚੂੜ ਚੱਕ ਜਨਮ ਤੋਂ ਹੀ ਏਦਾਂ ਪੈਣੇ ਕਿ ਪਹਿਲਾਂ ਪਹਿਲੇ ਦਿਨ ਤੋਂ ਹੀ? ਕਿੰਨੇ ਬੱਚੇ ਪੈਣੇ ਤੁਹਾਡੇ? ਉਹ ਠੀਕ ਆ? ਇਹ ਕਿਵੇਂ ਜੀ ਹੁਣ ਠੀਕ ਆ ਮਾਤਾ? 12-10 ਵਾਲੇ ਕੈਂਪ ਚ ਆਈ ਸੀ, 9 ਨੂੰ ਆਉਣਾ ਸੀ। ਇਹਨੂੰ ਨਾ ਇਹੋ ਜਿਹੀ ਪ੍ਰੋਬਲਮ ਆਈ, ਇਹਨੇ ਨਾ ਬਾਥਰੂਮ ਜ਼ੋਰ ਲਾ ਕੇ ਕਰਨ ਲੱਗ ਗਿਆ। ਮੇਰਾ ਭਾਣਜਾ ਦੀਪ ਹਸਪੀਟਲ 'ਚ ਇਹਨੂੰ ਲੈ ਕੇ ਗਿਆ, ਵੀ ਇਹ ਕੀ ਹੋ ਗਿਆ। ਉਹਨਾਂ ਨੇ ਇਹਦਾ ਚੈੱਕਅਪ ਸਾਰਾ ਕੀਤਾ, ਸਕੈਨਾਂ ਕੀਤੀਆਂ। ਉਹਨਾਂ ਨੇ ਕਿਹਾ ਵੀ ਇਹਦੀ ਨਾ ਜਿਹੜੀ ਬਲੇਡਰ ਨੂੰ ਸਪਲਾਈ ਦੇਣੀ ਹੈ, ਜਿਹਨਾਂ ਨਾੜਾਂ ਨੇ ਬਾਥਰੂਮ ਵਾਲੇ ਨੂੰ, ਉਹ ਇੰਨੀਆਂ ਕੁ ਉਹਨਾਂ ਦੀ ਤਾਕਤ ਘੱਟ ਆ, ਪਾਵਰ ਬਹੁਤ ਘੱਟ ਆ। ਉਹ ਜ਼ੋਰ ਲਾ ਕੇ ਬਾਥਰੂਮ ਕਰਦਾ, ਕਹਿੰਦੇ ਵੀ ਜਾਂ ਤਾਂ ਪਰਮਾਨੈਂਟ ਸਲਾਈ ਮਾਰਨੀ ਪੈਂਦੀ ਆ। ਨਹੀਂ, ਉਹਨਾਂ ਨੇ 18 ਚ ਕੀਤਾ ਸੀ, ਥੋੜਾ ਜਿਹਾ ਰਸਤਾ ਖੋਲਿਆ ਸੀ। ਹੁਣ ਉਹ ਕਹਿੰਦੇ ਜੇ ਦੁਬਾਰਾ ਖੋਲਦੇ ਆ, ਕਹਿੰਦੇ ਵੀ ਫੇਰ ਬਾਥਰੂਮ ਲੀਕ ਹੀ ਜਾਂ ਉੱਪਰੋਂ ਥੱਲੇ ਲਾਉਣਗੇ, ਜਾਂ ਤਾਂ ਕਹਿੰਦੇ ਵੀ ਪਰਮਾਨੈਂਟ ਰੱਖਣੀ ਪਊ, ਜਾਂ 7-8 ਘੰਟੇ ਬਾਅਦ ਸਲਾਈ ਮਾਰਨੀ ਪੈ। ਕੋਈ ਨਾ, ਉਹ ਤਾਂ ਚਲੋ ਲੱਗ। ਆਪਾਂ ਜਿਹੜੀ ਉਹ ਦਵਾਈ ਆਪਾਂ ਲੈ ਕੇ ਆਏ ਉਹ ਇਹ ਆ ਵੀ ਨੌਂ ਨੂੰ ਬਹੁਤ ਪੜਦਾ ਹੁੰਦਾ ਸੀ, ਉਹ ਵੀ ਹਟ ਗਿਆ। ਬਾ ਇਹਨੂੰ ਘਰੇ ਜਿਹੜੀ ਜਿਹੜੀ ਦਿਮਾਗ ਦੀ ਦਵਾਈ ਇੱਥੋਂ ਚੱਲਦੀ ਆ, ਉਹਦੇ ਨਾਲ ਫਰਕ ਪਿਆ? ਹਾਂਜੀ, ਬਿਜੀ ਰੱਖਣਾ ਪੈਂਦਾ ਸੀ ਪਹਿਲਾਂ ਇਹਨੂੰ, ਹੁਣ ਉਵੇਂ ਬੈਠਾ ਰਹਿੰਦਾ ਵਧੀਆ। ਚਲੋ ਪਰਮਾਤਮਾ ਮਿਹਰ ਕਰੇ। ਸਤਿ ਸ੍ਰੀ ਅਕਾਲ ਵੀਰੇ, ਸਤਿ ਸ੍ਰੀ ਅਕਾਲ। ਹਾਂਜੀ ਕੋਈ ਗੱਲ ਨੀ ਵੀਰੇ, ਇਹਨੂੰ ਓਕੇ ਓਕੇ, ਮੈਂ ਸਮਝ ਗਿਆ ਵੀਰੇ, ਇਹਨੇ ਪ੍ਰੋਬਲਮ ਹੋਰ ਵਧਣੀ, ਇਹਨੇ ਮੁੱਕੀਆਂ ਵੀ ਸਿਰ ਚ ਮਾਰੂ ਆਪਦੇ। ਹਾਂ ਕੋਈ ਨਾ, ਆਪਾਂ ਜੀ ਕਰਦੇ ਹਾਂ। ਸਤਿ ਸ੍ਰੀ ਅਕਾਲ। ਹਾਂ ਕੋਈ ਨਾ ਵੀਰੇ, ਅਸੀਂ ਤੁਹਾਨੂੰ ਸਾਰਾ ਗਾਈਡ ਕਰਦੇ ਹਾਂ। ਮੇਰੇ ਨਾਲ ਅੱਜ ਛੋਟੇ ਬ੍ਰਦਰ ਨੇ ਜਾਣਾ ਵਾ, ਮੈਂ ਮਾੜਾ ਇਹਨਾਂ ਨੂੰ ਭੇਜ ਕੇ ਆ ਗਿਆ, ਫਿਰ ਆਪਾਂ ਕਰਦੇ ਹਾਂ ਗੱਲ ਬਾਈ ਬਣ ਕੇ, ਹਨਾ। ਸਤਿ ਸ੍ਰੀ ਅਕਾਲ ਬਾਈ ਜੀ, ਮਿਲਦੇ ਆ ਬੰਦੇ ਤੁਹਾਨੂੰ, ਇੱਥੇ ਹੈਗੇ ਨੇ ਸਾਡੇ ਟੀਮ ਦੇ ਮੈਂਬਰ। ਮੈਂ ਕੀ ਹਾਲ ਨੇ ਬਾਈ, ਰਾਜੂ ਬਾਪੂ ਲਿਆਂਦਾ?